ਪਹਿਲੀ ਵਾਰੀ ਉਹਨਾਂ ਦੇ ਦਰਸ਼ਨ ਹੋਏ ਆ ਜਦੋਂ ਇੰਗਲੈਂਡ 'ਚ ਆਏ ਆ, ਔਰ ਵਾਕਈ ਇਹ ਲੱਗਾ ਕਿ ਉਹ ਪੰਜਾਬ ਦੇ ਸਰਤਾਜ ਆ। ਜੋ ਵੀ ਉਹਨਾਂ ਨੇ ਗਾਣਾ ਹੈ ਗਾਏ ਆ ਜਾਂ ਉਹਨਾਂ ਦੀ ਲੈਂਗੁਏਜ ਆ ਜਾਂ ਇਹ ਨਵੀਂ ਹੀ ਚੀਜ਼ ਵੇਖਣ ਵਿੱਚ ਆਈ ਆ, ਬਥੇਰੇ ਸਿੰਗਰ ਪਹਿਲਾਂ ਸੁਣੇ ਆ ਪਰ ਇਹਨਾਂ ਦਾ ਜਿਹੜਾ ਸੀ ਉਹ ਨਾ ਅੰਦਾਜ਼ ਹੀ ਵਧੀਆ ਸੀ ਔਰ ਵਧੀਆ ਗਾਣੇ ਆ ਔਰ ਆਪਾਂ ਫੈਮਿਲੀ 'ਚ ਬਹਿ ਕੇ ਸੁਣ ਸਕਦੇ ਹਾਂ। ਜਾਣੀ ਕੋਈ ਉਹੋ ਜਿਹੇ ਲਫਜ਼ ਹੈ ਨਹੀਂ ਜਿਹਨਾਂ ਨਾਲ ਇਹਨਾਂ ਦੀ ਤਾਰੀਫ ਕੀਤੀ ਜਾਵੇ, ਔਰ ਬਹੁਤ ਹੀ ਵਧੀਆ। ਔਰ ਇਹਨਾਂ ਦੇ ਵਿੱਚ ਇੱਕ ਦੂਜੀ ਚੀਜ਼ ਇਹ ਵੀ ਵੇਖੀ ਕਿ ਬਿਲਕੁਲ ਕੋਈ ਆਕੜ ਛਾਕੜ ਜਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ, ਜਿਸ ਤਰ੍ਹਾਂ ਤੁਹਾਡੇ ਨਾਲ ਵੀ ਨੋਰਮਲੀ ਗੱਲਾਂ ਕਰਦੇ ਆ ਜਾਂ ਉਹਨਾਂ 'ਚ ਸਹਿਨਸ਼ੀਲਤਾ ਇੰਨੀ ਆ ਕਿ ਭਾਵਾਂ ਉਹ ਟਾਇਰਡ ਵੀ ਆ ਥੱਕੇ ਵੀ ਆ ਪਰ ਫਿਰ ਵੀ ਤੁਹਾਡੇ ਨਾਲ ਉਹ ਪੂਰਾ ਟਾਈਮ ਦੇ ਕੇ ਗੱਲਬਾਤ ਕਰਦੇ ਆ। ਵੀ ਲਵ ਸਤਿੰਦਰ ਸਰਤਾਜ, ਓ ਮਾਈ ਫੈਮਿਲੀ, ਰਿਲੇਟਿਵ ਐਂਡ ਫਰੈਂਡਸ, ਵੀ ਓਲ ਲਵ ਯੂ, ਵੀ ਓਲ ਲਵ ਯੂਅਰ ਸੌਂਗਸ ਐਂਡ ਐਵਰੀਥਿੰਗ, ਐਂਡ ਵੀ ਜਸਟ ਵਾਂਟ ਟੂ ਵਿਸ਼ ਯੂ ਬੈਸਟ ਲੱਕ ਫੋਰ ਦ ਫੋਰ ਯੂਅਰ ਫਿਊਚਰ, ਐਂਡ ਵੀ ਲਾਈਕ ਟੂ ਵੈਲਕਮ ਯੂ ਫੋਰ ਇੰਗਲੈਂਡ। ਵਿਚ ਸੌਂਗ ਯੂਅਰ ਫੇਵਰੇਟ ਸੌਂਗ? ਮੇਰੀ ਹੀਰੀ ਫਕੀਰੀ ਹੈ। ਸੋ ਯੂ ਕਾਂਟ ਸਿੰਗ ਬਟ ਯੂਅਰ ਫੇਵਰੇਟ ਸੌਂਗ ਹੀਰੀ ਫਕੀਰੀ? ਨਾ, ਆਈ ਕੈਨ ਸਿੰਗ ਇਟ। ਕੈਨ ਯੂ ਸਿੰਗ? ਯਾ ਪਲੀਜ਼। ਮੇਰੀ ਹੀਰੀ ਹੈ ਫਕੀਰੀ ਹੈ ਨੀ ਸੋਹਣੀ ਨੀ, ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀ ਹੈ। ਵੀ ਲਵ ਯੂ ਸਰਤਾਜ। ਪਿਆਰੇ ਦਰਸ਼ਕੋ, ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦਾ ਜ਼ਰੂਰ ਆਨੰਦ ਮਾਣਿਆ ਹੋਵੇਗਾ ਕਿਉਂਕਿ ਖਾਣਿਆਂ ਦਾ ਆਨੰਦ ਅਸੀਂ ਇੱਥੇ ਮਾਣਿਆ ਹੀ ਹੈ ਅਤੇ ਸਤਿੰਦਰ ਦੇ ਗਾਣਿਆਂ ਦਾ ਵੀ ਆਨੰਦ ਅਸੀਂ ਮਾਣਿਆ ਕਿਉਂਕਿ ਮਿੱਠਾ ਮਿੱਠਾ ਬੋਲ ਕੇ ਜੋ ਮੋਹ ਲੈਂਦੇ ਸਭ ਨੂੰ, ਅਤੇ ਮੈਂ ਕੀ ਕਹਾਂ ਉਹਨਾਂ ਦੇ ਬਾਰੇ। ਤੁਸੀਂ ਜਾਣ ਗਏ ਹੋਗੇ ਕਿ ਅਗਰ ਤੁਸੀਂ ਵੀ ਕੋਈ ਸੁਝਾਅ ਭੇਜਣਾ ਤਾਂ ਅੱਜ ਦੇ ਇਸ ਪ੍ਰੋਗਰਾਮ ਬਾਰੇ, ਸਤਿੰਦਰ ਸਰਤਾਜ ਦੀ ਗਾਇਕੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਅਤੇ ਇਸੇ ਤਰ੍ਹਾਂ ਵੇਖਦੇ ਰਿਹਾ ਕਰੋ ਬਹਾਰਾਂ ਪੰਜਾਬ ਦੀਆਂ ਸਾਡੇ ਨਾਲ, ਜਾਣੀ ਕਿ ਬਹਾਰਾਂ ਪੰਜਾਬ ਦੀਆਂ ਸੁਖਵੀਰ ਸੋਢੀ ਦੇ ਨਾਲ, ਅਤੇ ਮਿਲਾਂਗੇ ਅਗਲੇ ਹਫ਼ਤੇ। ਅਤੇ ਅੱਜ ਲਈ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ੍ਰੀ ਅਕਾਲ।